ਪਿਛਲੇ ਦਿਨਾਂ ਤੋਂ ਹੁਸ਼ਿਆਰਪੁਰ ਵਿੱਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਅੱਜ ਸਵੇਰੇ 5:15 ਵਜੇ ਦੇ ਕਰੀਬ ਹੁਸ਼ਿਆਰਪੁਰ ਸ਼ਹਿਰ ਦੇ ਬਹਾਦਰਪੁਰ ਮੁਹੱਲੇ 'ਚ ਲੱਕੜ ਦੇ ਵਪਾਰੀ ਤੋਂ 3.5 ਲੱਖ ਰੁਪਏ ਦੀ ਨਕਦੀ ਲੈ ਕੇ ਲੁਟੇਰੇ ਫਰਾਰ ਹੋ ਗਏ। ਇਹਨਾਂ ਲੁਟੇਰਿਆਂ ਦੀ CCTV ਕੈਮਰੇ 'ਚ ਵੀਡੀਓ ਕੈਦ ਹੋਈ ਹੈ। ਇਸ ਮੌਕੇ 'ਤੇ ਪਰਿਵਾਰਕ ਮੈਂਬਰ ਅਤੇ ਜਾਂਚ ਅਧਿਕਾਰੀ DSP ਜਗਦੀਸ਼ ਅਤਰੀ ਨੇ ਕਿਹਾ, ਕੈਮਰੇ 'ਚ ਕੈਦ ਹੈ ਜੀ, ਦੋ ਮੁੰਡੇ ਗਲੀ ਜਾਂਦੇ ਆ, ਬਹਾਦਰਪੁਰ ਟੌਂਕ ਦੇ ਨਾਲ ਗੋਪਾਲ ਗਲੀ ਜਾਂਦੇ ਆ, ਅੰਦਰ ਜਾਂਦੇ ਸਾਡੀ ਗੈਰੇਜ 'ਚ ਲੁਕ ਜਾਂਦੇ ਆ। 5:42 ਜਦੋਂ ਮੇਰਾ ਛੋਟਾ ਭਰਾ ਘਰ ਤੋਂ ਬਾਹਰ ਨਿਕਲ ਕੇ ਗੈਰੇਜ 'ਚ ਆਉਂਦਾ ਅੜ 'ਤੇ ਜਾਣ ਵਾਸਤੇ, ਅਤੇ ਉਹ ਗੱਡੀ ਦੇ ਕੋਲ ਆ ਕੇ ਉਹਦੇ ਕੋਲ ਪੈਸਿਆਂ ਵਾਲਾ ਬੈਗ ਲੁੱਟ ਕੇ ਦੌੜ ਜਾਂਦੇ ਆ। ਦੋਨੋਂ ਮੁੰਡੇ ਦੋਨਾਂ ਨੇ ਲੋਈਆਂ ਲਈਆਂ ਹੁੰਦੀਆਂ, ਮੁੱਲ ਭੇਟੇ ਹੁੰਦੇ ਆ। ਵੈਪਨ ਉਹਨਾਂ ਕੋਲ ਕੋਈ ਨਹੀਂ ਸੀਗਾ, ਉਹਨਾਂ ਨੇ ਮੁੱਕੇ ਨਾਲ ਉਹਦੇ ਮੱਥੇ ਦੇ ਅੱਖ ਅੱਖ ਦੇ ਕੋਲ ਵਾਰ ਕੀਤਾ। ਕਿੰਨੇ ਪੈਸੇ ਸੀ? ਪੈਸੇ ਉਹ ਸੀਗੇ ਜੀ 3.25 ਲੱਖ ਰੁਪਏ। ਇਹ ਤੁਸੀਂ ਰੂਟੀਨ 'ਚ ਹਰ ਰੋਜ਼ ਜਾਂਦੇ ਹੋ? ਸਰ ਰੋਜ਼ ਹੀ ਜਾਂਦੇ ਆ ਜੀ। ਲੱਗਦਾ ਕੋਈ ਰੈਕੀ ਕੀਤੀ ਗਈ? ਰੇਕੀ ਹੋਏਗੀ ਜੀ, ਤਾਂ ਹੀ ਆਪਣਾ ਬੰਦਾ ਜੀ ਜਿਹੜਾ ਪੈਸੇ ਵਾਲਾ ਬੈਗ ਲੈ ਗਿਆ ਲੁੱਟ ਕੇ, ਅਤੇ ਲੈਪਟਾਪ ਵਾਲਾ ਬੈਗ ਛੱਡ ਗਿਆ। ਲੈਪਟਾਪ ਵਾਲਾ ਬੈਗ ਜਿਹੜਾ ਮੋਢੇ 'ਤੇ ਪਾਇਆ ਸੀ ਉਹਨੂੰ ਨਹੀਂ ਲੈ ਕੇ ਗਏ, ਉਹ ਛੱਡ ਗਏ ਆ। ਅਤੇ ਪੁਲਿਸ ਨੂੰ ਤਲਾ ਦਿੱਤੀ? ਪੁਲਿਸ ਨੂੰ ਤਲਾ ਦਿੱਤੀ, ਪੁਲਿਸ ਉਸ ਵੇਲੇ ਆ ਗਈ ਸੀਗੀ ਜੀ। ਲਗਭਗ ਬਹੁਤ ਸਾਰੀਆਂ ਚੋਰੀਆਂ ਜਿਹੜੀਆਂ ਹੈਗੀਆਂ, ਡਕੈਤੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ ਹੈਗੀਆਂ। ਹਾਂਜੀ ਹਾਂਜੀ, ਨਲੈਕੀ ਨਹੀਂ ਆ ਪੁਲਿਸ? ਨਲੈਕੀ ਕਹਿ ਸਕਦੇ ਜੀ, ਕੋਈ ਸਿਕਿਉਰਿਟੀ ਨਹੀਂ ਬਹਾਦਰਪੁਰ ਚੌਂਕ, ਕੋਈ ਕੁਛ ਨਹੀਂ ਜੀ। ਅੱਜ ਸਵੇਰੇ ਮੋਰਨਿੰਗ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਬਹਾਦਰਪੁਰ ਦੇ ਵਿੱਚ ਕਿਸੇ ਵਪਾਰੀ ਦੇ ਕੋਲੋਂ 3,15,000 ਰੁਪਏ ਕਿਸੇ ਨੇ ਖੋਹ ਲੈਣੇ, ਜੋ ਮੌਕੇ 'ਤੇ ਇਮੀਡੀਏਟਲੀ ਪਹੁੰਚ ਕੇ ਪਤਾ ਕੀਤਾ ਕਿ ਉੱਥੇ ਕਰਨ ਗਾਂਧੀ ਜੋ ਕਿ ਕੱਕੋਂ ਵਿਖੇ ਲੱਕੜ ਦੀ ਮੰਡੀ 'ਚ ਆੜਤ ਦਾ ਕੰਮ ਕਰ ਗਿਆ, ਉਹ ਜਦੋਂ ਸਵੇਰੇ ਰੋਜ਼ ਦੀ ਤਰ੍ਹਾਂ ਜਾ ਰਿਹਾ ਸੀ ਅਤੇ ਜਦੋਂ ਕਾਰ ਵਿੱਚ ਬੈਠਣ ਲੱਗਾ ਤਾਂ ਉਹ ਤੋਂ ਦੋ ਨੌਜਵਾਨ ਸੀ ਜਿਹੜੇ ਜਿਨ੍ਹਾਂ ਆਪਣੇ ਮੂੰਹ ਬੰਨੇ ਹੋਏ ਸੀ, ਉਹਦੇ ਕੋਲ ਉਹਦਾ ਬੈਗ ਖੋਹ ਕੇ ਲੈ ਗਏ ਨੇ, ਜਿਹਦੇ ਵਿੱਚ ਉਹਨੂੰ ਦੱਸਿਆ ਵੀ 3,15,000 ਰੁਪਇਆ ਸੀ। ਅਸੀਂ ਪਰਚਾ ਰਜਿਸਟਰ ਕਰ ਲਿਆ, ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕੁਝ ਸ਼ੱਕੀ ਬੰਦਿਆਂ ਨੂੰ ਅਸੀਂ ਹਿਰਾਸਤ 'ਚ ਵੀ ਲਿਆ, ਜਿਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜੋ ਵੀ ਕਾਰਵਾਈ ਅਗਲੀ ਹੋਏਗੀ ਉਹ ਤੁਹਾਡੇ ਧਿਆਨ 'ਚ ਲਿਆ ਦਿੱਤੀ ਜਾਏਗੀ। ਅਸੀਂ ਹਰ ਐਂਗਲ ਤੋਂ ਉੱਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਤੇ ਉਮੀਦ ਹੈ ਵੀ ਜਲਦੀ ਹੀ ਪੋਜ਼ੀਟਿਵ ਰਿਜ਼ਲਟ ਸਾਹਮਣੇ ਆਉਣਗੇ।